ਫਰੀਦਕੋਟ ਪੁਲਿਸ ਨੇ ਆਪਣੇ ਆਪ ਦੇ ਅਗਵਾ ਹੋਣ ਦੀ ਝੂਠੀ ਕਹਾਣੀ ਰਚਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਹਿਚਾਣ ਕਰਮਵੀਰ ਸਿੰਘ ਵਜੋਂ ਹੋਈ ਹੈ। ਇਸ ਦਾ ਖੁਲਾਸਾ ਕਰਦੇ ਹੋਏ SSP ਪ੍ਰਗਿਆ ਜੈਨ ਨੇ ਕਿਹਾ ਕਿ ਗ੍ਰਿਫਤਾਰ ਕਰਮਵੀਰ ਸਿੰਘ ਗੁਰਦੁਆਰਾ ਝਾੜ ਸਾਹਿਬ ਪਿੰਡ ਗਜ਼ਲ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਦੇ ਡੇਰੇ 'ਚ 2 ਸਾਲ ਤੋਂ ਸੇਵਾਦਾਰ ਸੀ, ਜਿੱਥੇ ਕਿ ਇਸ ਵੱਲੋਂ ਵੱਡਾ ਗਵਨ ਕੀਤਾ ਗਿਆ ਸੀ ਤੇ ਉਸ ਨੂੰ ਲੁਕਾਉਣ ਲਈ ਇਸ ਨੇ ਆਪਣੇ ਆਪ ਦੇ ਅਗਵਾ ਹੋਣ ਦਾ ਡਰਾਮਾ ਰਚਿਆ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ। ਜਿਹੜਾ ਇੱਕ FIR ਰਜਿਸਟਰ ਹੋਈ ਹੈ ਫਰੀਦਕੋਟ ਪੁਲਿਸ ਵੱਲੋਂ ਵੀ, ਜਿਹ 'ਚ ਇੱਕ ਇਹ ਕੇਸ ਹੈ ਕਿ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ 1 ਪਰਸਨ ਇਜ਼ ਮਿਸਿੰਗ, ਔਰ ਹੋ ਸਕਦਾ ਹੈ ਕਿ ਉਹਦਾ ਕੋਈ ਕਿਸੇ ਨੇ ਕਿਡਨੈਪ ਕਰਕੇ ਹੋ ਸਕਦਾ ਹੈ ਕਿ ਕੁਛ ਨੁਕਸਾਨ ਨਾ ਕੀਤਾ ਹੋ। ਇਹਦੇ ਨਾਲ ਇੱਕ ਹੋਰ ਜਿਹੜੀ ਧਿਆਨ ਦੇਣ ਯੋਗ ਗੱਲ ਹੈ ਕਿ ਉਹ 'ਚ ਇੱਕ ਮੈਸੇਜ ਬਹੁਤ ਵਾਇਰਲ ਹੋਇਆ ਸੀ ਗਰੁੱਪਸ 'ਚ, ਜਿਸਸੇ 2 ਰਿਲੀਜਨਸ ਦੇ ਵਿੱਚ ਜਿਹੜੀ ਧਾਰਮਿਕ ਭਾਵਨਾਵਾਂ ਹੈਗੀਆਂ ਉਹ ਭੜਕਣ ਦੀ ਸਾਨੂੰ ਅੰਦੇਸ਼ਾ ਸੀ। ਸੋ ਉਸ ਕੇਸ 'ਚ ਵੀ ਫਰੀਦਕੋਟ ਪੁਲਿਸ ਨੇ ਅਗੇਨ ਲੈਡ ਬਾਏ ਆਰ SPD ਜਸਮੀਤ ਜੀ, ਉਹਨਾਂ ਨੇ ਬਹੁਤ ਇੱਕ ਅੱਛਾ ਕੰਮ ਕਰਦੇ ਹੋਏ ਇਹ ਸਾਰਾ ਕੇਸ ਕਰੈਕ ਕੀਤਾ। ਔਰ ਇਹਦੇ ਨਾਲ ਨਾਲ ਜਿਹੜਾ ਉਹ ਬੰਦਾ ਸੀ ਜਿਹਦੀ ਸਾਡੇ ਕੋਲ ਇਹ ਇਨਫੋਰਮੇਸ਼ਨ ਸੀ ਕਿ ਉਹਦਾ ਕੋਈ ਨੁਕਸਾਨ ਨਾ ਹੋਇਆ, ਜਦੋਂ ਅਸੀਂ ਪ੍ਰੋਪਰ ਵੈਰੀਫਿਕੇਸ਼ਨ ਕੀਤਾ ਤਾਂ ਦੈਟ ਪਰਸਨ ਵਾਜ਼ ਅਲਟੀਮੇਟਲੀ ਰਾਊਂਡਡ ਅਪ। ਇਹਦੇ 'ਚ ਮਲਟੀਪਲ ਰੇਡਸ ਹੋਈਆਂ ਹੈਗੀਆਂ ਔਰ ਫਾਈਨਲੀ ਸਾਨੂੰ ਇਹੀ ਪਤਾ ਚੱਲਿਆ ਕਿ ਇਹ ਜਿਹੜਾ ਬੰਦਾ ਕਿਡਨੈਪ ਸੀ ਉਹਨੇ ਹੀ ਆਪਣਾ ਜਿਹੜਾ ਹੈਗਾ ਇਹ ਪੂਰਾ ਇੱਕ ਵੋਡਿਊ ਸੇ ਪੂਰਾ ਇੱਕ ਐਪੀਸੋਡ ਉਹਨੇ ਔਰਕੈਸਟ੍ਰੇਟ ਕੀਤਾ ਅਤੇ ਉਹਨੇ ਆਪਣੀ ਹੀ ਕਿਡਨੈਪਿੰਗ ਫੇਕ ਕਰਦੇ ਹੋਏ ਔਰ ਫਾਈਨਲੀ ਇਹ ਸਾਰਾ ਮਸਲਾ ਇਹਨੇ ਕੀਤਾ। ਇਹ 'ਚ ਇਹਦਾ ਮੇਨ ਮੋਟਿਵ ਸੀ ਕਿ ਇਹਨੇ ਪੈਸਾ ਜਿਹੜਾ ਸੀ ਉਹ ਡੇਰੇ ਵਾਲੇ ਜਿਹੜੇ ਬਾਬਾ ਸੀ ਉਹਨਾਂ ਕੋਲੋਂ ਇਹਨੇ ਗਬਨ ਕੀਤਾ ਸੀ ਓਵਰ ਅ ਪੀਰੀਅਡ ਆਫ ਸੈਵਰਲ ਮੰਥਸ, ਔਰ ਇਹ ਹੁਣ ਇਹ ਦਿਖਾਉਣਾ ਚਾਹੁੰਦਾ ਸੀ ਕਿ ਹੀ ਹੈਜ਼ ਬੀਨ ਹਾਰਮਡ ਐਂਡ ਦੈਨ ਫਿਰ ਤਾਂ ਕਿ ਉਸਕੋ ਪੈਸੇ ਨਾ ਵਾਪਸ ਦੇਣੇ ਪਏ। ਸੋ ਇਸ ਕੇਸ 'ਚ ਵੀ ਫਰੀਦਕੋਟ ਪੁਲਿਸ ਨੇ ਨਾ ਹੀ ਸਿਰਫ ਇੱਕ ਚੈਲੇਂਜਿੰਗ ਕੇਸ ਕੋ ਟਰੇਸ ਕੀਤਾ ਬਲਕਿ ਇੱਕ ਪੀਸ ਐਂਡ ਹਾਰਮੋਨੀ ਮੇਨਟੇਨ ਕਰਨ 'ਚ ਵੀ ਬਹੁਤ ਇੱਕ ਵੱਡੀ ਭੂਮਿਕਾ ਨਿਭਾਈ। ਬੰਦਾ ਕੌਣ ਸੀ ਜੀ, ਕਿਹੜੇ ਡੇਰੇ ਨਾਲ ਸੰਬੰਧ ਸੀ ਜੀ? ਇਹ ਜਿਹੜਾ ਬੰਦਾ ਸੀ ਇਹਦਾ ਨਾਮ ਹੈ ਕਰਮਵੀਰ ਸਿੰਘ ਔਰ ਇਹ ਤਰਨ ਤਾਰਨ ਦਾ ਇੱਕ ਡੇਰਾ ਸੀ, ਉਹਦੇ ਨਾਲ ਸੰਬੰਧ ਰੱਖਦਾ।